ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਧਨ। ਪਹਿਲੀ ਗੱਲ ਇਹ ਪੜ ਨਹੀਂ ਲੱਭਦਾ ਹੈਗਾ, ਪੜ੍ਹੀ ਹੈ ਅਸੀਂ ਇਹਨੂੰ ਪੜ ਬੋਲਦੇ, ਪੜ ਦੂਜੇ ਨੂੰ ਕਹੀਦਾ ਹੁੰਦਾ ਤੂੰ ਪੜ। ਪੜ੍ਹਦਾ ਇੱਕ ਸੰਬੋਧਨ ਲਫ਼ਜ਼ ਕਰੀਦਾ ਹੁੰਦਾ, ਪੜ ਬਈ ਤੂੰ ਪੜ, ਤੂੰ ਪੜ ਦੂਜੇ ਨੂੰ ਕਹੀਦਾ ਤੂੰ ਪੜ, ਇਹ ਆਪਣੇ ਆਪ ਨੂੰ ਕਹੀ ਹੋਈ ਗੱਲ। ਪੜ੍ਹੀ ਪੁਸਤਕ ਸੰਧਿਆ ਬਾਦ, ਪੁਸਤਕ ਵੀ ਪੜ੍ਹ ਲਈ, ਪੁਸਤਕਾਂ ਕਿਉਂ ਪੜ੍ਹੀ ਦੀਆਂ ਨੇ, ਧਰਮ ਗ੍ਰੰਥ ਕਿਉਂ ਪੜ੍ਹੀਦੇ ਨੇ, ਸਾਰਿਆਂ ਨਾਲ ਮੇਲ ਮਿਲਾਪ ਕਰਨ ਵਾਸਤੇ ਪੜ੍ਹੀਦੇ ਨੇ। ਜੇ ਭਗਤ ਦਾ ਸਾਰਿਆਂ ਨਾਲ ਮੇਲ ਮਿਲਾਪ ਨਹੀਂ ਹੋਰ ਫਿਰ ਕਿਹਦਾ ਹੋਊਗਾ? ਜਿਹਦੇ ਵਿੱਚ ਸਵਾਰਥ ਨਹੀਂ ਹੈ ਉਹਦਾ ਸਾਰਿਆਂ ਨਾਲ ਮੇਲ ਮਿਲਾਪ ਹੈ। ਸਵਾਰਥ ਇੱਕ ਐਸੀ ਚੀਜ਼ ਹੈ ਸਾਨੂੰ ਸਾਰਿਆਂ ਨੂੰ ਤੋੜ ਦਿੰਦਾ, ਸਵਾਰਥ ਤੋੜਦਾ ਸਾਰਿਆਂ ਨੂੰ, ਪਹਿਲਾਂ ਸਵਾਰਥ ਤੋੜਦਾ, ਲੋਭ ਤੋੜਦਾ, ਫਿਰ ਉਹਦੇ ਬਾਅਦ ਗੁੱਸਾ ਵੀ ਆਉਂਦਾ ਹੈ, ਆਉਂਦਾ ਉਹ ਆਉਂਦਾ, ਬਾਕੀ ਬਹੁਤ ਚੀਜ਼ਾਂ ਪੈਦਾ ਹੁੰਦੀਆਂ। ਪੁਸਤਕਾਂ ਪੜ੍ਹੀਆਂ ਨੇ ਕਾਹਦੇ ਵਾਸਤੇ? ਪੜ੍ਹੀਆਂ ਨੇ ਸੰਧਿਆ ਵਾਸਤੇ, ਸੰਧਿਆ ਦਾ ਹੁੰਦਾ ਸ਼ਾਮ ਦਾ ਟਾਈਮ ਨਹੀਂ ਹੁੰਦਾ, ਸੰਧਿਆ ਦਾ ਹੁੰਦਾ ਦੋ ਚੀਜ਼ਾਂ ਦਾ ਮੇਲ। ਜੋਗੀ ਇਹਨੂੰ ਯੋਗ ਕਹਿੰਦੇ ਨੇ, ਪੰਡਿਤ ਇਹਨੂੰ ਸੰਧਿਆ ਕਹਿੰਦਾ। ਮਨ ਔਰ ਚਿੱਤ ਨੂੰ ਇੱਕ ਕਰਨ ਵਾਸਤੇ ਪੁਸਤਕਾਂ ਪੜ੍ਹੀ ਦੀਆਂ ਨੇ, ਇੱਕ ਮਨ ਇੱਕ ਚਿੱਤ ਹੋਣ ਵਾਸਤੇ ਗ੍ਰੰਥ ਪੜ੍ਹੀ ਦੇ ਨੇ ਧਰਮ ਦੇ, ਪੁਸਤਕਾਂ ਤਾਂ ਬੜੀ ਸੰਧਿਆ ਵਾਸਤੇ, ਇੱਕ ਹੋਣ ਵਾਸਤੇ। ਜਿਹਦਾ ਚਿੱਤ ਔਰ ਮਨ ਇੱਕ ਹੈ, ਜਿਹੜਾ ਅੰਦਰੋਂ ਇੱਕ ਹੈ, ਉਹ ਸਾਰਿਆਂ ਨਾਲ ਇੱਕ ਹੈ। ਜੇ ਤੁਹਾਡੇ ਅੰਦਰੋਂ ਦੋ ਚਿੱਤੀ ਅੰਦਰੋਂ ਦੁਆਂਦ ਮਨ ਔਰ ਚਿੱਤ ਦੀ ਏਕਤਾ ਹੋ ਗਈ ਤਾਂ ਉਹਦੀ ਸਾਰਿਆਂ ਨਾਲ ਏਕਤਾ ਬਾਹਰ, ਲੜਾਈ ਖਤਮ ਹੈ। ਲੜਾਈ ਤਾਂ ਅੰਦਰ ਹੈ ਸਾਡੇ, ਸੱਚ ਹੈ ਝੂਠ ਦੋ ਚੀਜ਼ਾਂ ਅੰਦਰ ਨੇ। ਜੇ ਅੰਦਰੋਂ ਝੂਠ ਖਤਮ ਹੋ ਗਿਆ, ਸੱਚ ਹੋ ਗਿਆ, ਸੱਚ ਦੀ ਫਿਰ ਕਿਸੇ ਨਾਲ ਲੜਾਈ ਨਹੀਂ ਹੁੰਦੀ। ਸੱਚ ਲੜਦਾ ਨਹੀਂ ਕਿਸੇ ਨਾਲ, ਸਮਝਾਉਂਦਾ ਤਾਂ ਚਾਹੇ ਹੈ ਸਭ ਨੂੰ, ਪਰ ਲੜਦਾ ਨਹੀਂ ਕਿਸੇ। ਲੜਨਾ ਹੋਰ ਚੀਜ਼ ਹੈ, ਸਮਝਾਉਣਾ ਹੋਰ ਚੀਜ਼ ਹੈ। ਸਮਝਾਉਣ ਵਾਲੇ ਵੀ ਕਈ ਵਾਰ ਘੂਰਦੇ ਨੇ, ਜੇ ਦੋ ਆਦਮੀ ਲੜਦੇ ਨੇ ਸਿਆਣੇ ਆ ਕੇ ਕਈ ਵਾਰ ਘੂਰਦੇ ਵੀ ਨੇ, ਪੁਲਿਸ ਵਾਲੇ ਵੀ ਘੂਰਦੇ ਨੇ, ਰਾਜੀਨਾਮਾ ਕਰਾਉਣ ਵਾਸਤੇ ਵੀ ਘੂਰਨਾ ਪੈਂਦਾ। ਉਹ ਰਾਜੀਨਾਮਾ ਕਰਾਉਣ ਵਾਸਤੇ ਘੂਰਨਾ ਲੜਨਾ ਨਹੀਂ ਹੁੰਦਾ, ਲੜਾਈ ਮਟਾਉਣੀ ਹੁੰਦੀ ਹੈ। ਲੜਾਈ ਮਟਾਉਣ ਵਾਸਤੇ ਵੀ ਗਲਤੀ ਵਾਲੇ ਨੂੰ ਗਲਤੀ ਕਹਿਣਾ ਵੀ ਤੇਰੀ ਗਲਤੀ ਹੈ ਬਈ, ਉਹਨੂੰ ਅਹਿਸਾਸ ਕਰਾਉਣਾ ਗਲਤੀ ਦਾ, ਯਾਰ ਥੋੜ੍ਹਾ ਜਿਹਾ ਘੂਰ ਕੇ ਕਹਿਣਾ ਤੇਰੀ ਗਲਤੀ ਹੈ। ਇਹ ਇਹਨੂੰ ਲੜਨਾ ਨਹੀਂ ਕਹਿੰਦੇ, ਸਮਝਾਉਣਾ ਕਹਿੰਦੇ ਨੇ। ਉਹ ਸਮਝਾਉਣਾ ਲੜਨ 'ਚ ਫਰਕ ਹੈ, ਜੇ ਸਮਝਾਉਣ ਨੂੰ ਲੜਨਾ ਮੰਨ ਲਵੇ ਕੋਈ, ਫਿਰ ਜੇ ਸਮਝਾਉਣ ਨੂੰ ਕੋਈ ਲੜਨਾ ਮੰਨ ਲਵੇ, ਬਸ ਇਹੀ ਗੱਲ ਸੀ। ਗੁਰਬਾਣੀ ਸਮਝਾਉਂਦੀ ਹੈ, ਉਹਨਾਂ ਨੇ ਇਹਨੂੰ ਲੜਾਈ ਮੰਨ ਕੇ ਲੜਾਈ ਸ਼ੁਰੂ ਕਰਤੀ ਗੁਰਬਾਣੀ ਨੂੰ, ਤਾਂ ਹੀ ਲੜਾਈਆਂ ਹੋਈਆਂ ਨੇ ਗੁਰੂ ਘਰ। ਗੁਰੂ ਘਰ ਦਾ ਕਿੰਨਾ ਲੜਨਾ ਨਹੀਂ ਚਾਹੁੰਦਾ, ਉਹ ਤਾਂ ਕਹਿੰਦਾ ਨਾ ਕੋਈ ਵੈਰੀ ਨਾ ਹੈ ਬਗਾਨਾ, ਉਹ ਸਮਝਦੇ ਨੇ ਸਾਡੇ ਵੈਰੀ ਨੇ। ਸੱਚ ਬੋਲਣਾ ਤਾਂ ਹੀ ਕੌੜਾ ਲੱਗਦਾ ਨਾ, ਸੱਚ ਬੋਲਣਾ ਪਾਪ ਤਾਂ ਹੈ ਨਹੀਂ ਪਰ ਕੌੜਾ ਲੱਗਦਾ। ਕੌੜਾ ਕਿਹਨੂੰ ਲੱਗਦਾ? ਕੌੜਾ ਝੂਠੇ ਨੂੰ ਲੱਗਦਾ, ਸੱਚੇ ਨੂੰ ਕੌੜਾ ਨਹੀਂ ਲੱਗਦਾ। ਸੱਚੇ ਆਰਿਆਂ ਨੂੰ ਕੌੜਾ ਨਹੀਂ ਲੱਗਦਾ ਸੱਚ, ਕੂੜੇ ਆਰਿਆਂ ਨੂੰ ਕੌੜਾ ਲੱਗਦਾ। ਸੱਚ ਦੇ ਦੋ ਟੇਸਟ ਨੇ, ਕੂੜੇ ਆਰਿਆਂ ਨੂੰ ਕੌੜਾ ਲੱਗਦਾ, ਸੱਚੇ ਆਰਿਆਂ ਨੂੰ ਮਿੱਠਾ ਲੱਗਦਾ। ਜਿਹੜੇ ਸਾਖਤ ਨੇ ਉਹਨਾਂ ਨੂੰ ਅੰਮ੍ਰਿਤ ਕੌੜਾ, ਵੇਖਿਆ ਮਿੱਠੀ, ਸੱਚੇ ਆਰਿਆਂ ਨੂੰ ਅੰਮ੍ਰਿਤ ਬਿਠਿਆ ਵੇਖਿਆ ਕੌੜੀ। ਦੋ ਕਿਸਮ ਦੇ ਟੇਸਟ ਨੇ। ਪੜ੍ਹੀ ਪੁਸਤਕ ਸੰਧਿਆ, ਪੁਸਤਕਾਂ ਪੜ੍ਹੀਆਂ ਸੰਧਿਆ ਵਾਸਤੇ ਬਾਦਨ, ਲੇਕਿਨ ਫਿਰ ਵੀ ਵਾਦ ਵਿਵਾਦ ਹੈ ਪੰਡਿਤ ਦੇ ਵਿੱਚ, ਫਿਰ ਫਾਇਦਾ ਕੀ ਹੋਇਆ ਵੀ ਪੁਸਤਕਾਂ ਪੜ੍ਹਨ ਦਾ? ਧਰਮ ਗ੍ਰੰਥ ਵਾਦ ਵਿਵਾਦ ਵਾਸਤੇ ਨਹੀਂ ਪੜ੍ਹੀਦੇ, ਵਾਦ ਵਿਵਾਦ ਮਿਟਾਉਣ ਵਾਸਤੇ ਪੜ੍ਹੀਦੇ। ਸਿਆਣੇ ਬੰਦੇ ਝਗੜੇ ਪੈਦਾ ਨਹੀਂ ਕਰਦੇ, ਸਿਆਣੇ ਬੰਦੇ ਉਹ ਹੁੰਦੇ ਨੇ ਜਿਹੜੇ ਝਗੜੇ ਮਿਟਾਉਣ। ਪਿੰਡਾਂ ਦੇ ਵਿੱਚ ਸਿਆਣੇ ਬੰਦੇ ਝਗੜੇ ਮਿਟਾਉਂਦੇ ਹੁੰਦੇ ਨੇ, ਝਗੜੇ ਕਰਦੇ ਹੁੰਦੇ ਨੇ। ਜੇ ਸਿਆਣੇ ਹੀ ਝਗੜੇ ਕਰਨਗੇ ਤਾਂ ਮਿਟਾਊਗਾ ਕੌਣ? ਜੇ ਧਾਰਮਿਕ ਬੰਦੇ ਹੀ ਝਗੜਾ ਕਰਨਗੇ ਮਿਟਾਊਗਾ ਕੌਣ? ਮਿਟਾਊਗਾ ਕੌਣ? ਸਿਆਣੇ ਬੰਦੇ ਝਗੜਾ ਨਹੀਂ ਕਰਦੇ,
पंचम पातशाह ने झगड़ा नहीं किया, अमृतसर छड़ता झगड़ा नहीं किया, कह लो तुसी ले लो माया तुसी ले लो नहीं छड़े देने, तो माया तो पिछे पिछे जानी सी भी ना है जिथे माया ने तो पिछे रहना ही सी, रिद सिद्ध नाम है कि दासी तो दासी सी जाना कितने सी, सिर्फ भुलेखा उन्हों का कढ़ना सी, भुलेखा उन्हों सी कि अमृतसर ना माया जुड़ी हुई है, संगत अमृतसर करके आती है ये तो चले जाएंगे संगत इतने आऊगी जोड़ा वा मैं मिलूंगा, गुरबाणी का विश्वास नहीं सी, इस भक्ति का विश्वास जो हों रिद सिद्ध नामे की दासी फिर अमृतसर ते ना जफा मार दे, नाम ते जफा मार दो, नाम नू जफा मारदा रिद सिद्ध नाम दे नाल रहनी है, उल्टी समझ ली, उल्टी उल्टी समझ ली, डायरेक्ट माया समझ ली, रिद नाम छड़ के जड़ी माया है, नाम छड़ के माया सपड़ी बन जाती है, यह घातक बन जाती है, फिर दासी नहीं रहती है, फिर की बन जाती है, रहती तो चेरी हुई है, चेरी की जो इसकी सेवा करे किसी को फिर खाए, फिर डांगो नहीं मार दिए, जो इसकी सेवा करे किसी को फिर फिर डंग मार दिए, पढ़ी पुस्तक संध्या बादम बाद गुरु घर ने नहीं किया, गुरुआ ने बाद नहीं किया, एक मसाल लई है सर पंजे पातशाह की, मसाल लई है गुरु अंगद की, बाद शुरू होया गुरु नानक ने कहा तो छड़ के चले जाओ खडूर साहब, इन्होंने नहीं हटना तुसी पासे हो जाओ, खडूर साहब चले गए अपने घर, नाम कौन सी जिथे जिदे को नाम उन्होंने कहता घट है, माया तो पिछे पिछे जानी है, खडूर साहब तो जिस वक्त गुरु अमरदास गुरियाई दी उ रौला पे छड़ के उपरे चले कहने कहा तुसी पासे हो जाओ, गुरु घर आप पासे उतारिया उतारिया बद बद नहीं ना किया, ये गल कह रहे ने पर उन्होंने तो अमल किया बाद वाले ने जो ये लफ्ज कहे हुए ने पढ़ी पुस्तक संध्या कहदे वास्ते पढ़ी सी, कमानी चिथोन वास्ते पढ़ी सी ना पोथी भगत बाणी गुरु नानक की बाणी, तो जो बाद विवाद गया नहीं फिर पढ़ने का फायदा की है, की फायदा हो पढ़ प्रैक्टिकल करके दिखाया गुरु घर ने पंजवें पातशाह तक गुरु नानक देव तो बाद अंगद उतों आ गए जिस करतारपुर से डेरा बाबा नानक दे आ गए, खडूर साहब गुरु अंगद आ गए, खडूर साहब तो गुरु अमरदास अपने उत्थे चले गए बई ते उतों बाद गुरु रामदास परे चले गए अमृतसर चले गए, रामदास चक बसा लिया जाके उस बाद उत्थे भाइयां भाइयां की आपस विच ही हुई वो परे चले गए, फिर चौथे पातशाह के बाद थर थर चले गए, बाद च अमृतसर आए ही नहीं छेवें पातशाह।